ਹਾਂਜੀ, ਕਿਵੇਂ ਸਾਰੇ? ਡੀਡੀ ਅਕੈਡਮੀ ਦੇ ਔਨਲਾਈਨ ਪਲੇਟਫਾਰਮ 'ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ MTS ਨਾਲ ਰਿਲੇਟਡ ਸਾਇੰਸ ਦੀ MCQ ਸੀਰੀਜ਼, ਜੋ ਕਿ ਤੁਹਾਡੇ ਆਉਣ ਵਾਲੇ ਕੰਪੀਟੀਟਿਵ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਯੂਸਫੁੱਲ ਰਹੇਗੀ। ਜਿੱਥੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ MTS ਨਾਲ ਰਿਲੇਟਡ ਸਾਇੰਸ ਦੀ ਸੀਰੀਜ਼, ਉੱਥੇ ਨਾਲ ਤੁਹਾਡੇ ਕੋਲ ਸਾਡੀ ਅਕੈਡਮੀ ਵੱਲੋਂ ਫ੍ਰੀ ਕੋਰਸਿਸ ਚੱਲ ਰਹੇ ਹਨ। YouTube 'ਤੇ ਤੁਹਾਨੂੰ ਇਹਨਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਣਗੀਆਂ। ਸੇਵਾਦਾਰ ਚੌਂਕੀਦਾਰ ਦਾ ਕੋਰਸ ਚੱਲ ਰਿਹਾ ਹੈ, ਨਾਲ SSC MTS ਦਾ ਵੀ ਕੋਰਸ ਚੱਲ ਰਿਹਾ ਹੈ, PSTET MCQ ਸੀਰੀਜ਼ ਵੀ ਤੁਹਾਨੂੰ YouTube 'ਤੇ ਫ੍ਰੀ ਦੇਖਣ ਨੂੰ ਮਿਲਣਗੀਆਂ। ਜਿੱਥੇ ਸਾਡੇ ਅਕੈਡਮੀ ਵੱਲੋਂ ਫ੍ਰੀ ਕੋਰਸਿਸ ਚਲਾ ਰਹੇ ਹਨ, ਉੱਥੇ ਅਕੈਡਮੀ ਵੱਲੋਂ ਔਨਲਾਈਨ ਕੋਰਸਿਸ ਜਿਵੇਂ ਪਟਵਾਰੀ, ਕਲਰਕ, ਸੀਨੀਅਰ ਅਸਿਸਟੈਂਟ, ਲੇਬਰ ਇੰਸਪੈਕਟਰ ਦੇ ਵੀ ਬੈਚ ਤੁਹਾਨੂੰ ਅਕੈਡਮੀ ਵੱਲੋਂ ਦੇਖਣ ਨੂੰ ਮਿਲਣਗੇ। ਨਾਲ SSC GD ਅਤੇ PSTET ਦਾ ਗਰੰਟੀ ਅਤੇ ਨੋਨ ਗਰੰਟੀ ਬੈਚ ਵੀ ਚੱਲ ਰਿਹਾ ਹੈ। PSTET ਗਰੰਟੀ ਅਤੇ ਨੋਨ ਗਰੰਟੀ ਬੈਚ ਦੇ ਵਿੱਚ ਇਹ ਹੈ ਕਿ ਅਸੀਂ ਗਰੰਟੀ ਦੇ ਬੈਚ ਦੇ ਵਿੱਚ ਇਹ ਹੈ ਕਿ ਗਰੰਟੀ ਦਿੰਦੇ ਹਾਂ ਕਿ ਤੁਹਾਡਾ PSTET ਕਲੀਅਰ ਹੋਵੇਗਾ, ਅਦਰਵਾਈਜ਼ ਤੁਹਾਡੀ ਜਿਹੜੀ ਫੀਸ ਉਹ ਵਾਪਸ ਕਰ ਦਿੱਤੀ ਜਾਵੇਗੀ। ਠੀਕ ਹੈ ਜੀ, ਇਹ ਜਿੱਥੇ ਸਾਡੇ ਅਕੈਡਮੀ ਦੇ ਵੱਲੋਂ ਔਨਲਾਈਨ ਮਿਲ ਰਹੇ ਹਨ ਬੈਚ, ਉੱਥੇ ਨਾਲ ਅਕੈਡਮੀ ਦੇ ਵਿੱਚ ਔਫਲਾਈਨ ਵੀ ਚੱਲ ਰਹੇ ਹਨ। ਸੋ ਬੱਚਿਓ, ਵੱਧ ਤੋਂ ਵੱਧ ਐਡਮਿਸ਼ਨਸ ਲਓ ਅਤੇ ਆਪਣੇ ਪੇਪਰ ਕਰੈਕ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ। ਆਓ ਹੁਣ ਆਪਾਂ ਚੱਲਦੇ ਹਾਂ ਸਾਇੰਸ ਦੀ MCQ ਸੀਰੀਜ਼ ਵੱਲ। ਠੀਕ ਹੈ ਜੀ, ਫਸਟ ਕੁਐਸਚਨ, ਵਿਚ ਆਊਟ ਆਫ ਦਾ ਫੋਲੋਇੰਗ ਸਾਇੰਟਿਸਟ ਗਿਵ ਦਾ ਐਟੋਮਿਕ ਥਿਊਰੀ ਆਫ ਮੈਟਰ? ਨਿਮਨਲਿਖਤ ਵਿਗਿਆਨੀਆਂ ਵਿੱਚੋਂ ਕਿਸ ਨੇ ਪਦਾਰਥ ਦਾ ਪ੍ਰਮਾਣੂ ਸਿਧਾਂਤ ਦਿੱਤਾ? ਹਾਂਜੀ, ਉਹ ਕਿਹੜਾ ਵਿਗਿਆਨੀ ਸੀ ਜਿਸ ਨੇ ਸਾਨੂੰ ਪਦਾਰਥ ਦਾ ਪ੍ਰਮਾਣੂ ਸਿਧਾਂਤ ਦਿੱਤਾ? ਮੈਟਰ, ਐਟੋਮਿਕ ਥਿਊਰੀ ਆਫ ਮੈਟਰ। ਬੱਚੇ, ਮੈਟਰ ਕੀ ਹੁੰਦਾ? ਮੈਟਰ ਹੁੰਦਾ ਹੈ ਉਹ ਵੀ ਕੋਈ ਵੀ ਪਦਾਰਥ। ਠੀਕ ਹੈ, ਮੈਟਰ ਤੋਂ ਭਾਵ ਹੁੰਦਾ ਜੀ ਪਦਾਰਥ। ਹੁਣ ਪਦਾਰਥ ਦੇ ਅੱਗੇ ਪਾਰਟੀਕਲਸ ਹੁੰਦੇ ਆ, ਕਣ ਹੁੰਦੇ ਆ। ਠੀਕ ਹੈ, ਆਪਾਂ ਇਹਨਾਂ ਨੂੰ ਅੱਗੇ ਦੀ ਅੱਗੇ ਡਿਵਾਈਡ ਕਰਦੇ ਰਹਿੰਦੇ ਹਾਂ। ਐਟੋਮਿਕ ਥਿਊਰੀ ਕਿਹਨੇ ਦਿੱਤੀ ਸੀ ਜੀ? ਉਹ ਆਪਾਂ ਨੂੰ ਦਿੱਤੀ ਸੀ ਰਾਜੇ ਡਾਲਟਨ ਨੇ। ਕਿਹਨੇ ਦਿੱਤੀ ਸੀ ਜੀ? ਡਾਲਟਨ ਨੇ, ਜੌਨ ਡਾਲਟਨ। ਠੀਕ ਹੈ ਰਾਜੇ, ਕਿਹਨੇ ਦਿੱਤੀ ਸੀ ਜੀ? ਜੌਨ ਡਾਲਟਨ। ਆਪਣਾ ਆਂਸਰ ਕੀ ਆਜੂਗਾ ਰਾਜੇ? ਜੌਨ ਡਾਲਟਨ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ ਰਾਜੇ। ਨੈਕਸਟ ਕੁਐਸਚਨ, ਦੋ ਸਟਨੀ ਪਾਰਟੀਕਲਸ ਵਿੱਚ ਕੈਨ ਨੋਟ ਬੀ ਬਰੋਕਨ ਇੰਟੂ ਸਿੰਪਲਰ ਪਾਰਟੀਕਲਸ ਆਰ ਕਾਲ? ਜਿਹੜੇ ਛੋਟੇ ਕਣਾਂ ਨੂੰ ਸਧਾਰਨ ਕਣਾਂ ਦੇ ਵਿੱਚ ਤੋੜਿਆ ਨਹੀਂ ਜਾ ਸਕਦਾ, ਕੀ ਹੁੰਦੇ ਆ ਰਾਜੇ? ਜਿਨ੍ਹਾਂ ਨੂੰ ਆਪਾਂ ਸਿੰਪਲ ਫੋਰਮ ਦੇ ਵਿੱਚ ਨਹੀਂ ਤੋੜ ਸਕਦੇ। ਫਸਟ ਆਪਸ਼ਨ ਦੇਖੋ ਬੱਚੇ, ਐਲੀਮੈਂਟਸ। ਐਲੀਮੈਂਟਸ ਉਹ ਹੁੰਦੇ ਆ ਨਾ ਜਿਹੜੇ ਇੱਕ ਸਿੰਗਲ ਟਾਈਪ ਆਫ ਐਟਮਸ ਤੋਂ ਮਿਲ ਕੇ ਬਣਦੇ ਆ। ਓਬਵੀਅਸਲੀ ਇਹ ਆਪਣੀ ਆਪਸ਼ਨ ਨਹੀਂ ਹੋਊਗੀ। ਉਸ ਤੋਂ ਬਾਅਦ ਆ ਗਿਆ ਬੱਚੇ ਪਰਮਾਣੂ। ਪਰਮਾਣੂ ਹੀ ਆਪਣਾ ਆਂਸਰ ਹੈ। ਦੇਖੋ, ਪਰਮਾਣੂਆਂ ਨੂੰ ਆਪਾਂ ਸਧਾਰਨ ਕਣਾਂ ਦੇ ਵਿੱਚ ਨਹੀਂ ਤੋੜ ਸਕਦੇ ਰਾਜੇ। ਠੀਕ ਹੈ ਜੀ, ਆਪਣਾ ਆਂਸਰ ਆ ਗਿਆ, ਪਰਮਾਣੂਆਂ ਨੂੰ ਆਪਾਂ ਸਧਾਰਨ ਕਣਾਂ ਦੇ ਵਿੱਚ ਨਹੀਂ ਤੋੜ ਸਕਦੇ। ਆਂਸਰ ਇਜ਼ ਬੀ ਆਪਸ਼ਨ। ਅਗਲਾ ਕੁਐਸਚਨ ਦੇਖੋ ਜੀ, ਦੋ ਸਬਸਟਾਂਸ ਵਿਚ ਆਰ ਮੇਡ ਅਪ ਆਫ ਓਨਲੀ ਵਨ ਟਾਈਪ ਆਫ ਐਟਮ? ਉਹ ਪਦਾਰਥ ਬੱਚੇ ਜਿਹੜੇ ਸਿਰਫ ਔਰ ਸਿਰਫ ਇੱਕ ਸਿੰਗਲ ਟਾਈਪ ਆਫ ਐਟਮਸ ਤੋਂ ਮਿਲ ਕੇ ਬਣਦੇ ਆ। ਕਿਹੜੇ ਪਦਾਰਥ ਹੁੰਦੇ ਆ ਰਾਜੇ? ਦੇਖੋ, ਆਪਣੇ ਕੋਲ ਇਹ ਤਿੰਨ ਤਰ੍ਹਾਂ ਦੇ ਹੁੰਦੇ ਹੈਗੇ ਜਿਹੜੇ ਆਪਾਂ ਕੀਤੇ ਹੈਗੇ। ਫਸਟ, ਉਹ ਵਾਲੇ ਐਲੀਮੈਂਟਸ ਜਿਹੜੇ ਇੱਕ ਸਿੰਗਲ ਟਾਈਪ ਆਫ ਐਟਮਸ ਤੋਂ ਮਿਲ ਕੇ ਬਣਦੇ ਆ, ਉਹ ਹੁੰਦੇ ਆ ਬੱਚੇ ਐਲੀਮੈਂਟਸ। ਇਹਨਾਂ ਦੇ ਵਿੱਚ ਸਿਰਫ ਇਕੱਲੇ ਐਟਮਸ ਹੁੰਦੇ ਆ। ਹਾਈਡਰੋਜਨ ਲੈ ਲਓ, ਆਕਸੀਜਨ ਲੈ ਲਓ ਜਾਂ ਨਾਈਟ੍ਰੋਜਨ ਲੈ ਲਓ। ਠੀਕ ਹੈ ਜੀ,
ਬਟ ਕੰਪਾਊਂਡ ਉਹ ਹੁੰਦੇ ਆ ਬੱਚੇ ਜਿਹੜੇ ਕਿ ਇੱਕ ਸਿੰਗਲ ਟਾਈਪ ਐਟਮਸ ਤੋਂ ਮਿਲ ਕੇ ਨਹੀਂ ਬਣਦੇ, ਬਲਕਿ ਇਹਦੇ ਵਿੱਚ ਬਹੁਤ ਜ਼ਿਆਦਾ ਐਟਮਸ ਹੁੰਦੇ ਆ, ਇੱਕ ਜਾਂ ਇੱਕ ਤੋਂ ਵੱਧ ਐਟਮਸ ਪ੍ਰੈਜੈਂਟ ਹੁੰਦੇ ਆ। ਜਿਵੇਂ ਤੁਸੀਂ HO2 ਲੈ ਲਓ ਬੱਚੇ, ਦੇਖੋ ਇਹਦੇ 'ਚ ਹਾਈਡਰੋਜਨ ਵੀ ਆ ਗਿਆ, ਆਕਸੀਜਨ ਵੀ ਆ ਗਿਆ, ਕਾਰਬਨ ਡਾਈਆਕਸਾਈਡ ਲੈ ਲਓ, ਠੀਕ ਹੈ ਜੀ। ਅੱਗੇ ਆ ਗਿਆ ਬੱਚੇ ਮਿਕਸਚਰ। ਮਿਕਸਚਰ ਕੀ ਹੁੰਦੇ ਆ? ਮਿਕਸਚਰ ਹੁੰਦੇ ਆ ਜਿਹੜੇ ਆਪਣੇ ਦੋ ਜਾਂ ਦੋ ਤੋਂ ਵੱਧ ਕੰਪਾਊਂਡਸ ਤੋਂ ਮਿਲ ਕੇ ਬਣਦੇ ਆ, ਮਤਲਬ ਉਹਦੇ ਵਿੱਚ ਸਾਰਾ ਕੁਝ ਮਿਕਸ ਹੁੰਦਾ, ਐਟਮਸ ਵੀ ਹੁੰਦੇ ਆ, ਕੰਪਾਊਂਡਸ ਵੀ ਹੁੰਦੇ ਆ। ਉਹ ਆ ਗਿਆ ਆਪਣੇ ਕੋਲ ਬੱਚੇ ਏਅਰ। ਏਅਰ ਦੇ ਵਿੱਚ ਆਪਣੇ ਕੋਲ ਸਾਰੀਆਂ ਗੈਸਿਸ ਪ੍ਰੈਜੈਂਟ ਹੁੰਦੀਆਂ, ਆਕਸੀਜਨ ਵਗੈਰਾ, ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਆ ਰਾਜੇ ਮਿਕਸਚਰ, ਆਪਣੀ ਆਪਸ਼ਨ। ਬਟ ਆਪਾਂ ਨੂੰ ਪੁੱਛਿਆ ਕੀ ਗਿਆ ਸੀ? ਪੁੱਛਿਆ ਆਪਾਂ ਨੂੰ ਇਹ ਗਿਆ ਸੀ ਕਿ ਉਹ ਵਾਲੇ ਸਿੰਗਲ ਟਾਈਪ ਆਫ ਐਟਮਸ, ਉਹ ਐਲੀਮੈਂਟ ਕਿਹੜੇ ਆ ਜਿਹੜੇ ਇੱਕ ਸਿੰਗਲ ਟਾਈਪ ਆਫ ਐਟਮਸ ਤੋਂ ਮਿਲ ਕੇ ਬਣਦੇ ਆ? ਉਹ ਹੈਗੇ ਜੀ ਆਪਣੇ ਕੋਲ ਐਲੀਮੈਂਟਸ, ਠੀਕ ਹੈ ਰਾਜੇ। ਨੈਕਸਟ ਕੁਐਸਚਨ ਦੇਖਦੇ ਹਾਂ ਜੀ। ਨੈਕਸਟ ਕੁਐਸਚਨ ਕੀ ਕਹਿੰਦੇ ਆਪਣਾ? ਦ ਸਮੋਲੈਸਟ ਪਾਰਟੀਕਲ ਆਫ ਮੈਟਰ ਵਿਚ ਕੈਨ ਹੈਵ ਇੰਡੀਪੈਂਡੈਂਟ ਐਗਜਿਸਟੈਂਸ ਇਜ ਕਾਲਡ। ਪਦਾਰਥ ਦਾ ਸਭ ਤੋਂ ਛੋਟਾ ਕਣ ਜਿਸਦੀ ਸੁਤੰਤਰ ਹੋਣ ਹੋ ਸਕਦੀ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਉਹ ਕਿਹੜਾ ਪਦਾਰਥ ਦਾ ਕਿਹੜੀ ਚੀਜ਼ ਹੈ ਉਹ ਜਿਸਦੀ ਸੁਤੰਤਰ ਹੋਣ ਹੁੰਦੀ ਹੈ ਰਾਜੇ? ਕਿਹੜੀ ਹੁੰਦੀ ਆ ਬੱਚੇ? ਆਪਾਂ ਨੂੰ ਪਤਾ ਹੈ ਐਟਮ, ਠੀਕ ਹੈ। ਫਸਟ ਆਪਣੀ ਆਪਸ਼ਨ ਹੈਗੀ ਆ ਪਰਮਾਣੂ, ਸੈਕਿੰਡ ਆਪਸ਼ਨ ਇਜ਼ ਕੰਪਾਊਂਡ, ਥਰਡ ਇਜ਼ ਐਲੀਮੈਂਟ, ਐਂਡ ਥਰਡ ਇਜ਼ ਫੋਰਥ ਇਜ਼ ਮੋਲੀਕਿਊਲ। ਆਪਣੀ ਆਪਸ਼ਨ ਆਊਗੀ ਜੀ ਇਹਦੇ 'ਚ ਫਸਟ ਆਪਸ਼ਨ ਐਟਮ। ਐਟਮ ਦੀ ਆਪਣੇ ਦੀ ਜਿਹੜੀ ਸੁਤੰਤਰ ਹੋਣ ਦਾ ਰਾਜੇ ਉਹ ਹੁੰਦੀ ਹੈ, ਠੀਕ ਹੈ ਜੀ, ਕਲੀਅਰ। ਨੈਕਸਟ ਕੁਐਸਚਨ ਦੇਖੋ ਜੀ। ਇਨ ਦਾ ਐਟੋਮਿਕ ਨਿਊਕਲੀਅਸ ਸਭ ਪਾਰਟੀਕਲਸ ਪ੍ਰੈਜੈਂਟ ਆਰ। ਪਰਮਾਣੂ ਨਿਊਕਲੀਅਸ ਵਿੱਚ ਮੌਜੂਦ ਉਪਕਰਨ ਕਿਹੜੇ ਹੁੰਦੇ ਹਨ? ਬੱਚੇ ਜਦੋਂ ਆਪਾਂ ਪਰਮਾਣੂ ਦਾ ਮਾਡਲ ਪੜ੍ਹਦੇ ਹਾਂ ਨਾ, ਪਰਮਾਣੂ ਦੀ ਸਟਰਕਚਰ ਪੜ੍ਹਦੇ ਹਾਂ, ਜਿਹਨੂੰ ਆਪਾਂ ਐਟੋਮਿਕ ਸਟਰਕਚਰ ਬੋਲਦੇ ਹਾਂ, ਉਹਦੇ ਵਿੱਚ ਦੇਖੋ ਪਰਮਾਣੂ ਦੀ ਸਟਰਕਚਰ ਕੀ ਕਹਿੰਦੀ ਹੈ ਰਾਜੇ? ਦੇਖੋ ਜੀ, ਆਪਣੇ ਕੋਲ ਪਹਿਲਾਂ ਕੀ ਪ੍ਰੈਜੈਂਟ ਹੁੰਦਾ ਬੱਚੇ? ਨਿਊਕਲੀਅਸ, ਜਿਹਨੂੰ ਆਪਾਂ ਕੇਂਦਰਕ ਕਹਿੰਦੇ ਹਾਂ, ਠੀਕ ਹੈ ਜੀ। ਕੇਂਦਰਕ ਦੇ ਵਿੱਚ ਕੀ ਹੁੰਦਾ ਰਾਜੇ? ਪ੍ਰੋਟੋਨ ਪਲੱਸ ਨਿਊਟ੍ਰੋਨ। ਕੀ ਹੁੰਦੇ ਨੇ ਰਾਜੇ? ਕੇਂਦਰ ਦੇ ਵਿੱਚ ਪ੍ਰੋਟੋਨ ਪਲੱਸ ਨਿਊਟ੍ਰੋਨ, ਇਹਨਾਂ ਨੇ ਪਰਮਾਣੂ ਦੇ ਨਿਊਕਲੀਅਸ ਦੇ ਵਿੱਚ ਹੀ ਪੁੱਛਿਆ। ਇਸਨੂੰ ਨਿਊਕਲੀਅਸ ਵੀ ਕਹਿੰਦੇ ਹਨ ਬੱਚੇ, ਨਿਊਕਲੀਅਸ ਵੀ ਇਸਨੂੰ ਹੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਹੁਣ ਇਹਨਾਂ ਨੇ ਇਹ ਕੀ ਪੁੱਛਿਆ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਕਿਹੜੇ ਕਿਹੜੇ ਕਣ ਮੌਜੂਦ ਹੁੰਦੇ ਨੇ, ਉਪਕਣ ਮੌਜੂਦ ਹੁੰਦੇ ਨੇ? ਆਪਣੇ ਕੋਲ ਕੀ ਆ ਬੱਚੇ? ਪ੍ਰੋਟੋਨ ਪਲੱਸ ਨਿਊਟ੍ਰੋਨ ਪਰਮਾਣੂ ਦੇ ਨਿਊਕਲੀਅਸ ਵਿੱਚ ਹੁੰਦੇ ਨੇ। ਆਪਣਾ ਆਂਸਰ ਕੀ ਆਜੂਗਾ ਰਾਜੇ? ਏ ਆਪਸ਼ਨ। ਕੀ ਆਊਜੂਗਾ ਜੀ? ਪ੍ਰੋਟੋਨ ਅਤੇ ਨਿਊਟ੍ਰੋਨ ਹੈ ਜਿਹੜੇ, ਉਹ ਆਪਣੇ ਪਰਮਾਣੂ ਦੇ ਨਿਊਕਲੀਅਸ ਦੇ ਵਿੱਚ ਮੌਜੂਦ ਹੁੰਦੇ ਆ। ਅਗਲਾ ਕੁਐਸਚਨ ਦੇਖੋ ਜੀ। ਨੈਕਸਟ ਕੁਐਸਚਨ ਕੀ ਹੈ ਬੱਚੇ? ਦ ਸਾਇੰਟਿਸਟ ਹੂ ਡਿਸਕਵਰ ਪ੍ਰੋਟੋਨ ਵਾਜ਼। ਪ੍ਰੋਟੋਨ ਦੀ ਖੋਜ ਕਰਨ ਵਾਲਾ ਵਿਗਿਆਨੀ ਕੌਣ ਸੀ? ਪ੍ਰੋਟੋਨ ਦੀ ਖੋਜ ਕਿਹਨੇ ਕੀਤੀ ਸੀ ਰਾਜੇ? ਦੱਸੋ, ਫਸਟ ਆਪਸ਼ਨ ਕੀ ਕਹਿੰਦੀ ਹੈ? ਜੇਮਸ ਜੈਡਬਿਕ। ਸੈਕਿੰਡ ਆਪਸ਼ਨ ਇਜ਼ ਰਦਰਫੋਰਡ। ਥਰਡ ਆਪਸ਼ਨ ਇਜ਼ ਗੋਲਡਸਟੇਨ। ਐਂਡ ਫੋਰਥ ਆਪਸ਼ਨ ਇਜ਼ ਹੈਨਰੀ ਬੈਕਰਲ। ਇਹ ਆਪਸ਼ਨ ਆਊਗੀ ਜੀ ਆਪਣੀ। ਦੱਸੋ ਰਾਜੇ ਕਿਹੜੀ ਆਪਸ਼ਨ ਆਊਗੀ ਜੀ? ਪ੍ਰੋਟੋਨ ਦੀ ਖੋਜ ਕਿਹਨੇ ਕੀਤੀ ਸੀ ਰਾਜੇ? ਪ੍ਰੋਟੋਨ ਦੀ ਖੋਜ ਕੀਤੀ ਸੀ ਜੀ ਆਪਣੇ ਗੋਲਡਸਟੀਨ ਨੇ, ਠੀਕ ਹੈ ਰਾਜੇ। ਨੈਕਸਟ ਕੁਐਸਚਨ ਦੇਖੋ ਜੀ। ਨੈਕਸਟ ਕੁਐਸਚਨ, ਨੰਬਰ ਆਫ ਇਲੈਕਟ੍ਰੋਨਸ ਇਨ ਦਾ ਆਊਟਰ ਮੋਸਟ ਸੈੱਲ ਆਫ ਐਲੀਮੈਂਟਸ ਹੈਵਿੰਗ ਐਟੋਮਿਕ ਨੰਬਰ 16 ਆਰ। ਪਰਮਾਣੂ ਨੰਬਰ 16 ਵਾਲੇ ਤੱਤ ਦੇ ਸਭ ਤੋਂ ਵਾਰੀ ਸੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ, ਠੀਕ ਹੈ। ਦੇਖੋ ਰਾਜੇ,
ਦਿੱਤਾ ਕੀ ਹੋਇਆ, ਆਪਾਂ ਨੂੰ ਐਟੋਮਿਕ ਨੰਬਰ ਦਿੱਤਾ ਹੋਇਆ। ਐਟੋਮਿਕ ਨੰਬਰ ਕੀ ਦਿੱਤਾ, 16। ਮਤਲਬ ਕਿ 16 ਦੇ ਆਪਣਾ ਕਿਹੜਾ ਐਲੀਮੈਂਟ ਹੁੰਦਾ ਰਾਜੇ, ਸਲਫਰ। ਠੀਕ ਹੈ, ਹੁਣ ਇਹਨਾਂ ਨੇ ਆਪਾਂ ਨੂੰ ਕਿਹਾ ਕੀ ਹੈ, ਕਿਹਾ ਆਪਾਂ ਨੂੰ ਰਾਜੇ ਇਹਨਾਂ ਨੇ ਇਹ ਹੈ ਕਿ ਇਹ ਇਲੈਕਟ੍ਰੋਨ ਦੇ ਬਾਹਰੀ ਸੈੱਲ ਦੇ ਵਿੱਚ, ਇਹ ਐਟਮ ਦੇ ਬਾਹਰੀ ਸੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਪ੍ਰੈਜੈਂਟ ਹੋਣਗੇ। ਹੈ ਨਾ ਰਾਜੇ, ਦੇਖੋ ਕਿਵੇਂ ਕੱਢਦੇ ਹਾਂ ਆਪਾਂ। ਆਪਾਂ ਨੂੰ ਪਤਾ ਕਿ ਆਪਣਾ ਨਿਊਕਲੀਅਸ ਹੁੰਦਾ, ਠੀਕ ਹੈ ਜੀ, ਨਿਊਕਲੀਅਸ ਹੁੰਦਾ, ਨਿਊਕਲੀਅਸ ਦੇ ਵਿੱਚ ਪ੍ਰੋਟੋਨ ਪਲੱਸ ਨਿਊਟ੍ਰੋਨ ਹੁੰਦੇ ਆ। ਹੁਣ ਆਪਾਂ ਪਤਾ ਕਿੰਨਾ ਕਰਨਾ, ਇਲੈਕਟ੍ਰੋਨਸ ਦਾ ਪਤਾ ਕਰਨਾ। ਬੱਚੇ, ਇਹ ਪਤਾ ਕਰਨ ਤੋਂ ਪਹਿਲਾਂ ਆਪਾਂ ਨੂੰ ਸੈਲਸ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ। ਜਿਵੇਂ ਕਿ ਕੇ ਸੈੱਲ ਹੁੰਦਾ ਜੀ, ਕੇ ਸੈੱਲ ਦੇ ਵਿੱਚ ਆਪਾਂ ਵੱਧ ਤੋਂ ਵੱਧ ਸਿਰਫ 2 ਇਲੈਕਟ੍ਰੋਨ ਹੀ ਫਿੱਲ ਕਰ ਸਕਦੇ ਹਾਂ। ਕੇ ਐੱਲ ਐੱਮ ਆਪਣੇ ਕੋਲ ਇਹ ਸੈੱਲਾਂ ਦੀ ਸੀਰੀਜ਼ ਹੁੰਦੀ ਹੈ। ਉਸ ਤੋਂ ਅਗਲੇ 'ਚ ਆਪਾਂ 8 ਇਲੈਕਟ੍ਰੋਨ ਫਿੱਲ ਕਰਦੇ ਹਾਂ, ਠੀਕ ਹੈ ਰਾਜੇ। ਉਸ ਤੋਂ ਅਗਲੇ 'ਚ ਫਿਰ 8 ਇਲੈਕਟ੍ਰੋਨ ਫਿੱਲ ਕਰਦੇ ਆ। ਇਹ ਇਲੈਕਟ੍ਰੋਨ ਤਰਤੀਬ ਹੁੰਦੀ ਹੈ। ਹੁਣ ਇਹਨਾਂ ਨੇ ਆਪਾਂ ਨੂੰ ਕਿਹਾ ਕੀ ਹੈ ਕਿ ਆਪਣੇ ਕੋਲ ਪਰਮਾਣੂ ਨੰਬਰ 16 ਹੈ, ਠੀਕ ਹੈ, 16 ਪਰਮਾਣੂ ਨੰਬਰ ਹੈ। ਹੁਣ ਦੇਖੋ, ਪਹਿਲਾ ਸੈੱਲ ਬਣਾ ਲਿਆ ਰਾਜੇ, ਪਹਿਲੇ ਸੈੱਲ ਦੇ ਵਿੱਚ ਆਪਾਂ 2 ਇਲੈਕਟ੍ਰੋਨ ਫਿੱਲ ਕਰਤੇ, ਠੀਕ ਹੈ ਜੀ, ਵੱਧ ਤੋਂ ਵੱਧ 2 ਹੀ ਇਲੈਕਟ੍ਰੋਨ ਫਿੱਲ ਕਰ ਸਕਦੇ ਹਾਂ, ਕਲੀਅਰ। ਹੁਣ ਆਪਾਂ ਦੂਜਾ ਸੈੱਲ ਬਣਾ ਲਿਆ, ਠੀਕ ਹੈ, ਦੂਜੇ ਸੈੱਲ ਦੇ ਵਿੱਚ ਆਪਾਂ ਵੱਧ ਤੋਂ ਵੱਧ ਕਿੰਨੇ ਇਲੈਕਟ੍ਰੋਨ ਫਿੱਲ ਕਰ ਸਕਦੇ ਹਾਂ ਰਾਜੇ, 8 ਇਲੈਕਟ੍ਰੋਨ, 2, 3, 4, 5, 6, 7, 8, ਠੀਕ ਹੈ। ਆਪਣੇ ਕੋਲ 2+8 ਕਿੰਨੇ ਹੋ ਗਏ ਰਾਜੇ, 2+8, ਮੰਨ ਲਓ ਆਪਾਂ 10 ਇਲੈਕਟ੍ਰੋਨ ਤਾਂ ਫਿੱਲ ਕਰਤੇ, ਠੀਕ ਹੈ, ਬਟ ਇਹਨਾਂ ਨੇ ਕਿਹਾ ਕਿੰਨਾ, 16 ਫਿੱਲ ਕਰਨੇ ਆ, ਠੀਕ ਹੈ। ਹੁਣ ਜਿਹੜਾ ਆਪਣਾ ਆਪਣਾ ਅਗਲਾ ਸੈੱਲ ਹੈ, ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਫਿੱਲ ਕਰਾਂਗੇ ਰਾਜੇ, 6, ਫਿਰ ਹੀ ਆਪਣੇ ਕੋਲ ਕੰਪਲੀਟ ਹੋਊਗਾ ਨਾ। ਕਿੰਨੇ ਹੋ ਗਏ ਇਹ, 1, 2, 3, 4, 5, 6। ਹੁਣ ਇਹਨਾਂ ਨੇ ਪੁੱਛਿਆ ਕੀ ਸੀ, ਪੁੱਛਿਆ ਇਹਨਾਂ ਨੇ ਇਹ ਸੀ ਕਿ ਭਾਈ ਆਪਾਂ ਨੂੰ ਇਹ ਦੱਸੋ, ਜਿਹੜਾ ਬਾਹਰਲਾ ਸੈੱਲ ਹੈ ਉਹਦੇ ਵਿੱਚ ਕਿੰਨੇ ਇਲੈਕਟ੍ਰੋਨ ਫਿੱਲ ਕਰ ਸਕਦੇ ਹਾਂ ਆਪਾਂ, ਉਹਦੇ ਵਿੱਚ ਫਿੱਲ ਕਰ ਸਕਦੇ ਹਾਂ ਜੀ। ਆਪਣੀ ਆਪਸ਼ਨ ਆ ਜੂਗੀ ਰਾਜੇ, ਸੀ ਆਪਸ਼ਨ। ਸਮਝ ਆਇਆ, ਕਿੰਨੇ ਇਲੈਕਟ੍ਰੋਨ ਆਉਣਗੇ ਬੱਚੇ, 6, ਠੀਕ ਹੈ, ਕਲੀਅਰ ਹੋਇਆ ਬੱਚੇ ਸਾਰਿਆਂ ਨੂੰ। ਅਗਲਾ ਕੁਐਸਚਨ ਦੇਖੋ ਫਿਰ, ਹੂ ਡਿਸਕਵਰਡ ਦੈਟ ਕੈਥੋਡ ਰੇਜ਼ ਆਰ ਮੇਡ ਅਪ ਆਫ ਚਾਰਜ ਪਾਰਟੀਕਲਸ, ਕਿਸਨੇ ਖੋਜ ਕੀਤੀ ਕਿ ਕੈਥੋਡ ਕਿਰਨਾਂ ਚਾਰਜ ਵਾਲੇ ਕਣਾਂ ਤੋਂ ਬਣਦੀਆਂ ਹਨ। ਹਾਂਜੀ, ਦੱਸੋ ਜੀ, ਉਹ ਕਿਹੜਾ ਸਾਇੰਟਿਸਟ ਸੀਗਾ ਜਿਸਨੇ ਕੈਥੋਡ ਚਾਰਜ ਦੀ, ਮਤਲਬ ਚਾਰਜ ਵਾਲੀਆਂ ਕਿਰਨਾਂ ਦੀ ਖੋਜ ਕੀਤੀ? ਦੱਸੋ ਬੱਚੇ, ਜੇਮਸ ਚੈਡਵਿਕ ਸੀ ਜਾਂ, ਠੀਕ ਹੈ ਜੀ, ਐਕਸਰੇ ਸੀ, ਜਾਂ ਹੈਨਰੀ ਬੈਕਰਲ ਸੀ, ਜਾਂ ਜੇ ਜੇ ਥੋਮਸਨ ਸੀ? ਆਪਣੀ ਆਪਸ਼ਨ ਆ ਜੂਗੀ ਰਾਜੇ, ਡੀ ਆਪਸ਼ਨ, ਠੀਕ ਹੈ ਰਾਜੇ, ਇਹ ਆਪਸ਼ਨ ਆ ਜੂਗੀ ਜੀ ਆਪਣੀ, ਡੀ ਆਪਸ਼ਨ। ਜੇ ਜੇ ਥੋਮਸਨ ਨੇ ਆਪਣੇ ਕੋਲ ਬੱਚੇ ਕੈਥੋਡ ਰੇਜ਼ ਦੀ ਖੋਜ ਕੀਤੀ ਸੀ, ਜਿਹੜੀਆਂ ਕਿ ਚਾਰਜ ਪਾਰਟੀਕਲਸ ਤੋਂ ਮਿਲ ਕੇ ਬਣਦੀਆਂ ਨੇ। ਨੈਕਸਟ ਕੁਐਸਚਨ ਦੇਖੋ ਰਾਜੇ, ਨੈਕਸਟ ਕੁਐਸਚਨ ਕੀ ਹੈ ਬੱਚੇ, ਨੰਬਰ ਆਫ ਫੰਡਾਮੈਂਟਲ ਪਾਰਟੀਕਲਸ ਕੰਸਿਸਟਿੰਗ ਐਟਮਸ ਆਰ, ਪਰਮਾਣੂ ਬਣਾਉਣ ਵਾਲੇ ਬੁਨਿਆਦੀ ਕਣਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਪਰਮਾਣੂ ਬਣਾਉਣ ਵਾਲੇ ਬੁਨਿਆਦੀ ਕਣਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਦੱਸੋ ਰਾਜੇ, ਕਿੰਨੀ ਸੰਖਿਆ ਹੋਊਗੀ ਜੀ ਪਰਮਾਣੂ ਬਣਾਉਣ ਵਾਲੇ ਕਣਾਂ ਦੀ ਸੰਖਿਆ? ਦੇਖੋ, ਪਰਮਾਣੂ ਆਪਾਂ ਨੂੰ ਪਤਾ ਨਾ ਰਾਜੇ, ਜਿਹੜਾ ਐਟਮ ਹੁੰਦਾ, ਐਟਮ ਕਿੰਨੇ ਆ, ਇਹਨਾਂ ਨੇ ਇਹੀ ਪੁੱਛਿਆ ਵੀ ਜਿਹੜਾ ਐਟਮ ਆ ਉਹ ਕਿੰਨੀਆਂ ਚੀਜ਼ਾਂ ਤੋਂ ਮਿਲ ਕੇ ਬਣਦਾ। ਆਪਾਂ ਨੂੰ ਪਤਾ ਐਟਮ ਦੇ ਵਿੱਚ ਪ੍ਰੋਟੋਨ ਹੁੰਦੇ ਆ, ਐਟਮ ਦੇ ਵਿੱਚ ਭਾਈ ਨਿਊਟ੍ਰੋਨ ਹੁੰਦੇ ਆ, ਐਟਮ ਦੇ ਵਿੱਚ ਆਪਣੇ ਹੋਰ ਕੀ ਹੁੰਦੇ ਆ, ਇਲੈਕਟ੍ਰੋਨ ਹੁੰਦੇ ਆ, ਹੋਰ ਤਾਂ ਕੋਈ ਚੀਜ਼ ਨਹੀਂ ਹੁੰਦੀ ਨਾ। ਦੇਖੋ,
ਜਿਹੜਾ ਨਿਊਕਲੀਅਸ ਹੈ ਉਹਦੇ ਵਿੱਚ ਪ੍ਰੋਟੋਨ ਪਲੱਸ ਨਿਊਟ੍ਰੋਨ ਹੁੰਦੇ ਆ, ਜਿਹੜੇ ਆਲੇ ਦੁਆਲੇ ਰਿਵੋਲਵ ਕਰਦੇ ਰਹਿੰਦੇ ਆ ਉਹ ਆਪਣੇ ਕੋਲ ਕਰਦੇ ਆ ਜੀ ਇਲੈਕਟ੍ਰੋਨ। ਪ੍ਰੋਟੋਨ 'ਤੇ ਪੋਜ਼ਿਟਿਵ ਚਾਰਜ ਹੁੰਦਾ, ਨਿਊਟ੍ਰੋਨ 'ਤੇ ਕੋਈ ਚਾਰਜ ਨਹੀਂ ਹੁੰਦਾ, ਨਿਊਟਰਲ ਹੁੰਦਾ, ਐਂਡ ਇਲੈਕਟ੍ਰੋਨ 'ਤੇ ਆਪਣਾ ਨੈਗੇਟਿਵ ਚਾਰਜ ਹੁੰਦਾ। ਠੀਕ ਹੈ ਰਾਜੇ, ਕਾਊਂਟਿੰਗ ਕਿੰਨੀ ਹੋ ਗਈ ਇਹਨਾਂ ਦੀ, 1, 2, 3 ਕਿੰਨੇ ਆ ਗਏ ਹੁਣ ਆਪਣੇ, ਆਪਸ਼ਨ ਕੀ ਆ ਗਈ ਰਾਜੇ, ਬੀ। ਠੀਕ ਹੈ, ਜਿਹੜਾ ਐਟਮ ਆ ਉਹਦੇ ਫੰਡਾਮੈਂਟਲ ਪਾਰਟੀਕਲਸ ਰਾਜੇ 3 ਹੁੰਦੇ ਆ, ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟ੍ਰੋਨ। ਕਲੀਅਰ ਰਾਜੇ? ਨੈਕਸਟ ਕੁਸ਼ਚਨ ਦੇਖੋ ਜੀ, ਨੈਕਸਟ ਕੁਸ਼ਚਨ ਕੀ ਕਹਿੰਦਾ ਆਪਣਾ, ਦ ਨੰਬਰ ਆਫ ਇਲੈਕਟ੍ਰੋਨਸ ਇਨ ਦਾ ਐਟਮ ਵਿੱਚ ਹੈਜ਼ 20 ਪ੍ਰੋਟੋਨ ਇਨ ਇਟਸ ਨਿਊਕਲੀਅਸ। ਪਰਮਾਣੂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਜਿਸਦੇ ਨਿਊਕਲੀਅਸ ਵਿੱਚ 20 ਪ੍ਰੋਟੋਨ ਹਨ। ਦੱਸੋ ਰਾਜੇ, ਬਹੁਤ ਸੌਖਾ ਕੁਸ਼ਚਨ ਹੈ, ਆਪਾਂ ਹੁਣ ਪਹਿਲਾਂ ਵੀ ਇਵੇਂ ਨਾਲ ਦਾ ਸੇਮ ਕੁਸ਼ਚਨ ਕਰਕੇ ਹਟੇ ਹਾਂ ਕਿ ਇਹਨਾਂ ਨੇ ਕਿਹਾ ਭਾਈ ਆਪਣਾ ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਆਪਣੇ ਕੋਲ ਜਿਹੜੇ ਪ੍ਰੋਟੋਨ ਨੇ ਉਹ 20 ਨੇ। ਠੀਕ ਹੈ, ਬਣਾ ਕੇ ਦੇਖ ਲੈਂਦੇ ਹਾਂ ਆਪਾਂ। ਦੇਖੋ ਇਹਨਾਂ ਨੇ ਕੀ ਕਿਹਾ, ਕਹਿੰਦੇ ਜਿਹੜੇ ਦੇਖੋ ਆਹ ਆਪਣਾ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਇਹਨਾਂ ਨੇ ਕੀ ਕਿਹਾ, ਇਹਨਾਂ ਨੇ ਕਿਹਾ ਕਿ ਭਾਈ ਜਿਹੜੇ ਆ ਪ੍ਰੋਟੋਨ ਨੇ 20 ਨੇ। ਹੁਣ ਇਹਨੇ ਕਹਿੰਦੇ ਕਿ ਤੁਸੀਂ ਸਾਨੂੰ ਇਲੈਕਟ੍ਰੋਨਾਂ ਦੀ ਸੰਖਿਆ ਦੱਸੋ। ਕੀ ਕਿਹਾ ਇਹਨਾਂ ਨੇ, ਇਲੈਕਟ੍ਰੋਨਾਂ ਦੀ ਸੰਖਿਆ ਦੱਸੋ। ਬੱਚੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਮੋਸਟਲੀ ਕਹਿ ਦਿੰਦੇ ਹੁੰਦੇ ਹਾਂ ਕਿ ਕਿਸੇ ਵੀ ਐਟਮ ਦੇ ਵਿੱਚ ਪ੍ਰੋਟੋਨ ਪਲੱਸ ਇਲੈਕਟ੍ਰੋਨ ਹਮੇਸ਼ਾ ਸੇਮ ਹੁੰਦੇ ਆ। ਠੀਕ ਹੈ ਜੀ, ਪ੍ਰੋਟੋਨ ਪਲੱਸ ਇਲੈਕਟ੍ਰੋਨ ਹੈ ਜਿਹੜੇ ਉਹ ਸੇਮ ਹੁੰਦੇ ਆ ਮੋਸਟਲੀ। ਕਈਆਂ 'ਚ ਡਿਫਰੈਂਟ ਹੋਣਗੇ ਬਟ ਆਪਾਂ ਇੱਥੇ ਮੋਸਟਲੀ ਵਰਡ ਯੂਜ਼ ਕੀਤਾ। ਠੀਕ ਹੈ, ਪ੍ਰੋਟੋਨ ਪਲੱਸ ਇਲੈਕਟ੍ਰੋਨ ਆ ਬੱਚੇ ਜਿਹੜੇ ਉਹ ਸੇਮ ਹੁੰਦੇ ਆ। ਹੁਣ ਉਹਨਾਂ ਨੇ ਕੀ ਕਿਹਾ ਕਿ ਪ੍ਰੋਟੋਨ ਕਿੰਨੇ ਆ ਜੀ, ਪ੍ਰੋਟੋਨ 20 ਨੇ, ਤਾਂ ਓਬਵੀਅਸਲੀ ਜਿਹੜੇ ਨਾਲ ਉੱਤੇ ਰਿਵੋਲਵ ਕਰਨਗੇ ਇਹ ਐਟਮ ਦੇ ਵਿੱਚ ਇਲੈਕਟ੍ਰੋਨ, ਉਹ ਵੀ ਆਪਣੇ ਕੋਲ 20 ਹੀ ਹੋਣਗੇ ਰਾਜੇ, ਉਹ ਵੀ ਆਪਣੇ ਕੋਲ 20 ਹੀ ਹੋਣਗੇ। ਆਪਸ਼ਨ ਕਿੰਨੀ ਆਊਗੀ ਰਾਜੇ, ਆਪਸ਼ਨ ਆਊਗੀ ਆਪਣੀ ਸੀ ਆਪਸ਼ਨ। ਕਲੀਅਰ ਰਾਜੇ, ਆਪਸ਼ਨ ਕੀ ਆਊਗੀ ਆਪਣੀ, ਸੀ ਆਪਸ਼ਨ। ਨੈਕਸਟ ਕੁਸ਼ਚਨ ਦੇਖੋ ਜੀ, ਨੈਕਸਟ ਕੁਸ਼ਚਨ ਕੀ ਹੈ, ਦ ਨੰਬਰ ਆਫ ਇਲੈਕਟ੍ਰੋਨਸ ਇਨ ਦਾ ਆਊਟਰ ਮੋਸਟ ਸੈੱਲ ਆਫ ਐਲੂਮੀਨੀਅਮ ਆਰ। ਐਲੂਮੀਨੀਅਮ ਦੇ ਸਭ ਤੋਂ ਵਾਰੀ ਸੈੱਲ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ। ਬੱਚੇ ਦੇਖੋ ਹੁਣ ਜਦੋਂ ਵੀ ਆਪਾਂ ਨੂੰ ਕੋਈ ਵੀ ਐਲੀਮੈਂਟ ਦੇ ਦਿੰਦਾ ਵੀ ਤੁਹਾਨੂੰ ਭਾਈ ਇਹ ਐਲੀਮੈਂਟ ਦੇਤਾ, ਤੁਸੀਂ ਇਹਦੇ ਬਾਹਰੀ ਸੈੱਲ ਦੇ ਜਿਹੜੇ ਔਰਬਿਟ ਨੇ ਉਹਨਾਂ ਦੇ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਫਾਇੰਡ ਆਊਟ ਕਰਨੀ ਹੈ। ਹੁਣ ਬੱਚੇ ਤੁਸੀਂ ਇਹ ਦੇਖੋ ਕਿ ਜਦੋਂ ਸਾਨੂੰ ਐਲੀਮੈਂਟ ਤਾਂ ਦੇਤਾ ਬਟ ਜਿੰਨਾ ਟਾਈਮ ਸਾਨੂੰ ਐਲੀਮੈਂਟ ਦਾ ਐਟੋਮਿਕ ਨੰਬਰ ਨਹੀਂ ਯਾਦ ਹੋਣਾ, ਤਾਂ ਓਬਵੀਅਸਲੀ ਅਸੀਂ ਕਦੇ ਵੀ ਇਲੈਕਟ੍ਰੋਨਾਂ ਦੀ ਜਿਹੜੀ ਬਾਹਰੀ ਸੈੱਲ ਦੀ ਕਾਊਂਟਿੰਗ ਆ ਉਹ ਨਹੀਂ ਫਾਇੰਡ ਆਊਟ ਕਰ ਸਕਦੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਐਲੀਮੈਂਟਸ ਦਾ ਪ੍ਰੋਪਰ ਯਾਦ ਹੋਣੀ ਚਾਹੀਦੀ ਹੈ ਕਿ ਫਸਟ ਹਾਈਡਰੋਜਨ ਹੁੰਦਾ, ਸੈਕਿੰਡ ਹੀਲੀਅਮ, ਲੀਥੀਅਮ, ਬੈਰੇਲੀਅਮ। 20 ਤੱਕ ਤਾਂ ਐਟਲੀਸਟ ਸਭ ਦੇ ਯਾਦ ਹੋਣ। ਠੀਕ ਹੈ ਰਾਜੇ, ਹੁਣ ਆਪਣਾ ਐਲੂਮੀਨੀਅਮ ਦਾ ਐਟੋਮਿਕ ਨੰਬਰ ਕਿੰਨਾ ਹੈ ਦੱਸੋ ਜੀ, ਆਪਣਾ ਐਲੂਮੀਨੀਅਮ ਦਾ ਐਟੋਮਿਕ ਨੰਬਰ ਹੈਗਾ ਰਾਜੇ 13। ਐਲੂਮੀਨੀਅਮ ਦਾ ਐਟੋਮਿਕ ਨੰਬਰ ਹੈਗਾ ਰਾਜੇ 13। ਹੁਣ ਇਹਨਾਂ ਨੇ ਪੁੱਛਿਆ ਕੀ ਹੈ, ਇਹਨਾਂ ਨੇ ਪੁੱਛਿਆ ਕਿ ਐਲੂਮੀਨੀਅਮ ਦੇ ਬਾਹਰੀ ਸੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਆ। ਹੁਣ ਆਪਾਂ ਦੇਖੋ ਰਾਜੇ, ਆਪਾਂ ਇਹਦੀ ਐਟੋਮਿਕ ਸਟਰਕਚਰ ਬਣਾਉਣੇ ਆ। ਠੀਕ ਹੈ, ਐਟੋਮਿਕ ਸਟਰਕਚਰ ਬਣਾਉਣ ਵਾਸਤੇ ਆਪਾਂ ਪਹਿਲਾਂ ਨਿਊਕਲੀਅਸ ਲਿਆ। ਨਿਊਕਲੀਅਸ 'ਚ ਆਪਣੇ ਕੋਲ ਕੀ ਪ੍ਰੈਜੈਂਟ ਹੁੰਦਾ ਬੱਚੇ, ਪ੍ਰੋਟੋਨ ਪਲੱਸ ਨਿਊਟ੍ਰੋਨ। ਰਾਈਟ, ਕੀ ਪ੍ਰੈਜੈਂਟ ਹੁੰਦਾ ਰਾਜੇ, ਪ੍ਰੋਟੋਨ ਪਲੱਸ ਨਿਊਟ੍ਰੋਨ। ਹੁਣ ਆਪਾਂ ਨੂੰ ਕਿਹਾ ਕੀ ਗਿਆ, ਕਿਹਾ ਗਿਆ ਕਿ ਐਲੂਮੀਨੀਅਮ ਦੇ ਬਾਹਰੀ ਸੈੱਲ ਦੇ ਵਿੱਚ ਇਲੈਕਟ੍ਰੋਨ ਫਾਇੰਡ ਆਊਟ ਕਰਨੇ ਆ। ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀ ਕਿ ਆਪਣੇ ਕੋਲ ਸੈੱਲਸ ਹੁੰਦੇ ਆ ਕੇ ਸੈੱਲ, ਐਲ ਸੈੱਲ, ਐਮ ਸੈੱਲ, ਹੈ ਨਾ। ਪਹਿਲਾਂ ਆਪਾਂ ਕੀ ਫਿੱਲ ਕਰਦੇ ਹਾਂ, 2 ਇਲੈਕਟ੍ਰੋਨ ਫਿੱਲ ਕਰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਫਿਰ 8, ਫਿਰ 8। ਹੁਣ ਆਪਾਂ ਦੇਖੋ ਇਹਦੇ 'ਚ ਇਲੈਕਟ੍ਰੋਨ ਫਿੱਲ ਕਰਦੇ ਹਾਂ। ਫਸਟ ਸੈੱਲ ਦੇ ਵਿੱਚ ਸਪੋਜ਼ ਕਰੋ ਆਪਾਂ ਨੇ 2 ਇਲੈਕਟ੍ਰੋਨ ਫਿੱਲ ਕਰ ਲਏ, ਰਾਈਟ।
ਹੁਣ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਰਾਜੇ? 8 ਫਿਲ ਕਰਾਂਗੇ। 1, 2, 3, 4, 5, 6, 7, 8 ਕਿੰਨੇ ਹੋ ਗਏ ਰਾਜੇ ਇਹ? 2 + 8 ਕਿੰਨੇ ਹੋ ਗਏ? 10। ਆਪਣੇ ਕੋਲ 10 ਇਲੈਕਟ੍ਰੋਨ ਜਿਹੜੇ ਫਿਲ ਹੋ ਗਏ। ਹੁਣ ਇਹਨਾਂ ਨੇ 13 ਕਿਹਾ, ਜਿਹੜੇ ਫਿਰ ਆਪਾਂ ਅਗਲੇ 'ਚ ਵੀ ਆਪਾਂ ਇਹਦੇ 'ਚ ਆਪਾਂ 8 ਤੋਂ ਵੱਧ ਨਹੀਂ ਫਿਲ ਕਰ ਸਕਦੇ, ਠੀਕ ਹੈ। ਆਪਾਂ ਅਲੱਗ ਸੈੱਲ ਬਣਾਵਾਂਗੇ, ਐੱਲ ਸੈੱਲ, ਠੀਕ ਹੈ। ਐੱਲ ਸੈੱਲ ਦੇ ਵਿੱਚ ਆਪਾਂ ਕਿੰਨੇ ਫਾਈਨ ਕਰਾਂਗੇ ਫਿਲ? 3, ਜਿਹੜੇ 3 ਰਹਿ ਗਏ। ਬਣ ਗਏ ਨਾ ਆਪਣੇ 13, ਠੀਕ ਹੈ, 13 ਬਣ ਗਏ। ਹੁਣ ਇਹਨਾਂ ਨੇ ਪੁੱਛਿਆ ਕੀ ਹੈ? ਪੁੱਛਿਆ ਇਹ ਹੈ ਕਿ ਬਾਹਰਲੀ ਸੈੱਲ ਦੇ ਵਿੱਚ ਭਾਈ ਕਿੰਨੇ ਇਲੈਕਟ੍ਰੋਨ ਪ੍ਰੈਜੈਂਟ ਹੁੰਦੇ ਆ? ਆਂਸਰ ਕੀ ਆਊਗਾ ਆਪਣਾ? ਆਂਸਰ ਆਊਗਾ ਜੀ ਆਪਣਾ ਬੀ ਆਪਸ਼ਨ। ਸਮਝ ਆਇਆ ਰਾਜੇ ਸਾਰਾ? ਆਂਸਰ ਕੀ ਆਊਗਾ ਆਪਣਾ? ਬੀ ਆਪਸ਼ਨ, ਕਿਉਂਕਿ ਇਹਨਾਂ ਨੇ ਇਲੈਕਟ੍ਰੋਨਾਂ ਦੀ ਸੰਖਿਆ ਪੁੱਛੀ ਸੀ। ਇਲੈਕਟ੍ਰੋਨਾਂ ਦੀ ਸੰਖਿਆ ਹੁੰਦੀ ਹੈ ਜੀ 3, ਠੀਕ ਹੈ ਜੀ। ਨੈਕਸਟ ਕੁਸ਼ਚਨ ਦੇਖੋ। ਨੈਕਸਟ ਕੁਸ਼ਚਨ ਕੀ ਹੈ ਬੱਚੇ? ਅਟੋਮਿਕ ਨੰਬਰ ਆਫ ਐਨ ਐਟਮ ਇਜ਼ ਇਕੁਅਲ ਟੂ, ਇੱਕ ਪਰਮਾਣੂ ਦੀ ਪਰਮਾਣੂ ਸੰਖਿਆ ਕਿਸ ਦੇ ਬਰਾਬਰ ਹੁੰਦੀ ਹੈ? ਦੱਸੋ ਬੱਚੇ, ਇੱਕ ਪਰਮਾਣੂ ਦੀ ਪਰਮਾਣੂ ਸੰਖਿਆ ਕਿਸ ਦੇ ਬਰਾਬਰ ਹੁੰਦੀ ਹੈ? ਠੀਕ ਹੈ, ਪਰਮਾਣੂ ਦੀ ਪਰਮਾਣੂ ਸੰਖਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹ ਕੁਸ਼ਚਨ, ਬਹੁਤ ਸੌਖਾ ਕੁਸ਼ਚਨ ਹੈ ਕਿ ਪਰਮਾਣੂ ਦੀ ਪਰਮਾਣੂ ਸੰਖਿਆ ਕਿਸੇ ਵੀ ਐਟਮ ਦੇ ਵਿੱਚ ਤੁਹਾਨੂੰ ਪਤਾ ਕਿ ਨੰਬਰ ਆਫ ਪ੍ਰੋਟੋਨਸ ਐਂਡ ਨੰਬਰ ਆਫ ਇਲੈਕਟ੍ਰੋਨਸ ਆ ਜਿਹੜੇ ਬੱਚੇ ਸੇਮ ਹੁੰਦੇ ਆ, ਠੀਕ ਹੈ। ਇਹਦਾ ਆਪਣੇ ਕੋਲ ਆਂਸਰ ਆਊਗਾ ਜੀ, ਕਿਸੇ ਵੀ ਪਰਮਾਣੂ ਦੀ ਪਰਮਾਣੂ ਸੰਖਿਆ ਨੰਬਰ ਆਫ ਪ੍ਰੋਟੋਨਸ ਦੇ ਇਕੁਅਲ ਹੁੰਦੀ ਹੈ। ਕਿਹਦੇ ਇਕੁਅਲ ਹੁੰਦੀ ਹੈ ਜੀ? ਨੰਬਰ ਆਫ ਪ੍ਰੋਟੋਨਸ ਦੇ, ਠੀਕ ਹੈ। ਜਿੰਨੇ ਉਸ ਐਟਮ ਦੇ ਵਿੱਚ ਪ੍ਰੋਟੋਨਸ ਪ੍ਰੈਜੈਂਟ ਹੋਣਗੇ, ਓਨੀ ਹੀ ਉਹ ਐਟਮ ਦੀ ਅਟੋਮਿਕ ਸੰਖਿਆ ਹੋਵੇਗੀ, ਠੀਕ ਹੈ ਜੀ। ਆਪਸ਼ਨ ਕੀ ਆਊਗੀ ਰਾਜੇ? ਆਪਣੀ ਏ ਆਪਸ਼ਨ, ਠੀਕ ਹੈ ਰਾਜੇ। ਆਪਸ਼ਨ ਕੀ ਆ ਗਈ ਜੀ? ਏ ਆਪਸ਼ਨ, ਠੀਕ ਹੈ। ਨੈਕਸਟ ਕੁਸ਼ਚਨ ਦੇਖੋ ਰਾਜੇ। ਨੈਕਸਟ ਕੁਸ਼ਚਨ ਕੀ? ਐਨ ਐਟਮ ਇਜ਼ ਸੈਡ ਟੂ ਬੀ ਕੈਮੀਕਲੀ ਇਨਰਟ ਇਫ, ਇੱਕ ਕਹਿੰਦੇ ਜਿਹੜਾ ਇੱਕ ਪਰਮਾਣੂ ਆ ਉਹਨੂੰ ਅਸੀਂ ਰਸਾਇਣਿਕ ਤੌਰ 'ਤੇ ਕਿਵੇਂ ਅਯੋਗ ਕਹਿ ਸਕਦੇ ਹਾਂ ਰਾਜੇ? ਕੋਈ ਵੀ ਕਹਿੰਦੇ ਪਰਮਾਣੂ ਆ ਉਹਨੂੰ ਆਪਾਂ ਰਸਾਇਣਿਕ ਤੌਰ 'ਤੇ ਕਿਵੇਂ ਅਯੋਗ ਕਹਿ ਸਕਦੇ ਹਾਂ, ਕੈਮੀਕਲੀ ਇਨਰਟ ਕਹਿ ਸਕਦੇ ਹਾਂ? ਇਹ ਆਪਾਂ ਉਦੋਂ ਹੀ ਕਹਿ ਸਕਦੇ ਹਾਂ, ਕਿਹੜੀ ਸਿਚੁਏਸ਼ਨ 'ਚ ਕਹਿ ਸਕਦੇ ਹਾਂ, ਜਦੋਂ ਜਿਹੜਾ ਐਟਮ ਆ ਉਹ ਪੂਰਾ ਫਿਲ ਹੋਵੇ, ਉਹਦਾ ਜਿਹੜਾ ਲਾਸਟ ਵਾਲਾ ਔਰਬਿਟ ਆ ਨਾ ਬੱਚੇ ਉਹ ਕੰਪਲੀਟਲੀ ਫਿਲਡ ਹੋਵੇ, ਉਦੋਂ ਆਪਾਂ ਇਹ ਕਹਿ ਸਕਦੇ ਹੁੰਦੇ ਹਾਂ ਕਿ ਉਹ ਮਤਲਬ ਕੰਪਲੀਟਲੀ ਇਨਰਟ ਹੈ, ਕੈਮੀਕਲੀ ਇਨਰਟ ਹੈ। ਆਪਸ਼ਨ ਕੀ ਆਜੂਗੀ ਰਾਜੇ ਇਹਦੀ? ਸੀ ਆਪਸ਼ਨ, ਠੀਕ ਹੈ ਜੀ। ਆਪਸ਼ਨ ਕੀ ਆਜੂਗੀ ਇਹਦੀ? ਸੀ ਆਪਸ਼ਨ, ਜਦੋਂ ਉਸਦਾ ਆਊਟਰ ਮੋਸਟ ਸੈੱਲ ਆ ਬੱਚੇ ਜਿਹੜਾ ਕੰਪਲੀਟਲੀ ਫਿਲ ਹੁੰਦਾ, ਉਸ ਟਾਈਮ 'ਤੇ ਜਿਹੜਾ ਇਹ ਵਾਲਾ ਐਟਮ ਆ ਉਹ ਕੈਮੀਕਲੀ ਅਨਰਟ ਹੁੰਦਾ। ਨੈਕਸਟ ਕੁਸ਼ਚਨ ਦੇਖੋ ਰਾਜੇ। ਨੈਕਸਟ ਕੁਸ਼ਚਨ ਕੀ ਹੈ? ਵਿੱਚ ਐਲੀਮੈਂਟ ਹੈਜ਼ ਨੋ ਨਿਊਟ੍ਰੋਨ ਇਨ ਦਾ ਨਿਊਕਲੀਅਸ, ਕਿਹੜੇ ਤੱਤ ਦੇ ਨਿਊਕਲੀਅਸ ਵਿੱਚ ਕੋਈ ਨਿਊਟ੍ਰੋਨ ਨਹੀਂ ਹੁੰਦਾ? ਬਹੁਤ ਸੌਖਾ ਕੁਸ਼ਚਨ ਹੈ ਬੱਚੇ, ਸਾਰਿਆਂ ਨੂੰ ਆਉਂਦਾ ਹੋਊਗਾ ਹੋਪ ਸੋ। ਇਹ ਕੁਸ਼ਚਨ ਆਊਗਾ, ਇਹਦਾ ਆਂਸਰ ਆਊਗਾ ਬੱਚੇ ਹਾਈਡਰੋਜਨ। ਆਪਣੇ ਕੋਲ ਇੱਕ ਹੀ ਐਲੀਮੈਂਟ ਹੈ, ਠੀਕ ਹੈ ਜੀ, ਜਿਹਦਾ ਹਾਈਡਰੋਜਨ ਫਸਟਲੀ ਫਸਟ ਐਲੀਮੈਂਟ ਹੈ ਆਪਣਾ ਜਿਹੜਾ ਪੀਰੀਓਡਿਕ ਟੇਬਲ ਹੈ ਉਹਦਾ ਜਿਹੜਾ ਫਸਟ ਐਲੀਮੈਂਟ ਆ ਹਾਈਡਰੋਜਨ। ਹਾਈਡਰੋਜਨ ਦੇ ਵਿੱਚ ਆਪਣੇ ਕੋਲ, ਠੀਕ ਹੈ ਜੀ, ਨਿਊਟ੍ਰੋਨ ਪ੍ਰੈਜੈਂਟ ਨਹੀਂ ਹੁੰਦਾ, ਓਨਲੀ ਪ੍ਰੋਟੋਨ ਪ੍ਰੈਜੈਂਟ ਹੁੰਦਾ, ਪ੍ਰੋਟੋਨ ਅਤੇ ਇਲੈਕਟ੍ਰੋਨ, ਠੀਕ ਹੈ। ਬਟ ਇਹਦੇ ਪਾਰਟਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਉਹ ਕਹਿ ਦਿੰਦੇ ਹਾਂ ਹਾਈਡਰੋਜਨ ਦੇ ਓਟੋਟ੍ਰੋਪਸ, ਜਿਵੇਂ ਕਿ ਹਾਈਡਰੋਜਨ, ਟ੍ਰੀਟੀਅਮ, ਡਿਊਟੇਰੀਅਮ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਅਗਲਾ ਕੁਸ਼ਚਨ। ਅਗਲਾ ਕੁਸ਼ਚਨ ਕੀ ਹੈ ਬੱਚੇ? ਦਾ ਐਲੀਮੈਂਟ ਹੈਜ਼ ਅਟੋਮਿਕ ਨੰਬਰ ਇਜ਼ 21, ਦੈਟ ਇਲੈਕਟ੍ਰੋਨਿਕ ਸਟਰਕਚਰ ਇਜ਼,
ਦੇਖੋ ਬੱਚੇ, ਹੁਣੇ ਕਰਾ ਕੇ ਗਈ ਹਾਂ ਨਾ ਕਿ ਆਪਾਂ ਪਹਿਲੇ ਸੈੱਲ ਦੇ ਵਿੱਚ 2 ਇਲੈਕਟ੍ਰੋਨ ਫਿਲ ਕਰਦੇ ਹਾਂ, ਦੂਸਰੇ ਇਲੈਕਟ੍ਰੋਨ ਦੇ ਵਿੱਚ 8 ਇਲੈਕਟ੍ਰੋਨ ਫਿਲ ਕਰਦੇ ਹਾਂ, ਤੀਸਰੇ 'ਚ ਫਿਰ 8 ਫਿਲ ਕਰਦੇ ਹਾਂ। ਹੁਣ ਇਹਨਾਂ ਨੇ ਆਪਾਂ ਨੂੰ ਕਿਹਾ ਕੀ ਗਿਆ? ਕਿਹਾ ਇਹ ਹੈ ਕਿ ਭਈ ਆਪਣੇ ਕੋਲ ਜਿਹੜਾ ਐਟੋਮਿਕ ਨੰਬਰ ਹੈ, ਐਟੋਮਿਕ ਨੰਬਰ ਕਿੰਨਾ? 21। ਠੀਕ ਹੈ, ਹੁਣ ਆਪਾਂ 21 ਨੂੰ ਕਿਵੇਂ ਅਰੇਂਜ ਕਰਾਂਗੇ? ਕਿਹੜੇ ਕੇ ਸੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਪਾਵਾਂਗੇ, ਐੱਲ ਸੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਪਾਵਾਂਗੇ? ਦੇਖੋ, ਪਹਿਲੇ ਸੈੱਲ ਦੇ ਵਿੱਚ ਓਬਵੀਅਸਲੀ ਆਪਾਂ 2 ਇਲੈਕਟ੍ਰੋਨ ਲੈਂਦੇ ਹਾਂ, ਦੂਸਰੇ ਸੈੱਲ ਦੇ ਵਿੱਚ ਫਿਰ 8 ਲੈਂਦੇ ਹਾਂ, ਤੀਸਰੇ 'ਚ ਆਪਾਂ ਫਿਰ 8 ਲਵਾਂਗੇ। ਹੁਣ ਦੇਖੋ, 2+8 10, 10+8 18, ਇੱਥੇ ਤੱਕ ਆਪਣੇ ਕੋਲ 18 ਹੋ ਗਏ। ਹੁਣ ਕਿਹਾ ਕੀ ਹੈ ਇਹਨਾਂ ਨੇ? 21 ਲੈਣੇ ਆ, ਤਾਂ 18 ਦੇ ਵਿੱਚ ਕਿੰਨੇ ਹੋਰ ਜੋੜੀਏ? 3 ਹੋਰ ਜੋੜਾਂਗੇ ਤਾਂ ਆਪਣੇ ਕੋਲ ਕਿੰਨਾ ਆਜੂਗਾ? 21। ਆਪਣੀ ਆਪਸ਼ਨ ਕਿਹੜੀ ਆਜੂਗੀ ਰਾਜੇ? ਬੀ ਆਪਸ਼ਨ। ਕਲੀਅਰ ਇੱਥੇ ਤੱਕ ਬੱਚੇ? ਸਮਝ ਆਇਆ? ਨੈਕਸਟ ਕੁਸ਼ਚਨ ਦੇਖੋ ਜੀ। ਨੈਕਸਟ ਕੁਸ਼ਚਨ ਕੀ ਹੈ? ਦਾ ਮੈਕਸੀਮਮ ਨੰਬਰ ਆਫ ਓਰਬਿਟਸ ਆਫ ਐਨ ਐਟਮ ਇਜ਼ ਆਫ ਇਲੈਕਟ੍ਰੋਨ ਇਨ ਫਸਟ। ਇੱਕ ਪਰਮਾਣੂ ਦੀ ਅਧਿਆਤਮਿਕ ਸੰਖਿਆ ਓਰਬਿਟ ਹੈ, ਪਹਿਲੇ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਕਿੰਨੀ ਹੋਵੇਗੀ? ਇਹਨਾਂ ਨੇ ਕਿਹਾ ਕਿ ਬੱਚੇ, ਜੋ ਆਪਾਂ ਹੁਣੇ ਕੀਤਾ ਸੀਗਾ ਕਿ ਕੋਈ ਵੀ ਐਟਮ ਹੈ, ਐਟਮ ਦੀ ਜਿਹੜੀ ਸਭ ਤੋਂ ਜਿਹੜਾ ਕੇ ਸੈੱਲ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਿੰਨੇ ਇਲੈਕਟ੍ਰੋਨ ਹੋਣਗੇ? ਉਹਦੇ ਵਿੱਚ ਬੱਚੇ ਆਪਣੇ ਕੋਲ ਇਲੈਕਟ੍ਰੋਨ ਹੋਣਗੇ ਜੀ 2 ਇਲੈਕਟ੍ਰੋਨ। ਠੀਕ ਹੈ ਰਾਜੇ, ਉਹਦੇ ਵਿੱਚ ਆਪਣੇ ਕੋਲ ਕਿੰਨੇ ਇਲੈਕਟ੍ਰੋਨ ਹੋਣਗੇ ਰਾਜੇ? 2 ਇਲੈਕਟ੍ਰੋਨ। ਠੀਕ ਹੈ ਬੱਚੇ, ਬੱਚੇ ਇਹ ਸਾਰੇ ਕੁਸ਼ਚਨ ਜਿਹੜੇ MCQs ਨੇ ਇਹ ਐਟਮ ਨਾਲ ਰਿਲੇਟਡ ਸੀਗੇ। ਹੋਪਸ ਤੁਹਾਨੂੰ ਵਧੀਆ ਲੱਗੇ ਹੋਣਗੇ। ਕੱਲ੍ਹ ਨੂੰ ਇਹ ਸਾਰੇ ਕੁਸ਼ਚਨ ਆਪਦੇ ਰਿਵਾਈਜ਼ ਕਰ ਲਿਓ ਅਤੇ ਵਧੀਆ ਪੜ੍ਹ ਕੇ ਆਇਓ ਬੱਚੇ। ਕੱਲ੍ਹ ਮਿਲਦੇ ਹਾਂ। ਹੈਵ ਅ ਗ੍ਰੇਟ ਡੇ। ਥੈਂਕ ਯੂ।